ਅਮਰੀਕਾ ਤੋਂ ਸਾਹਮਣੇ ਆਈ ਮੰਦਭਾਗੀ ਖਬਰ। ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਮਾਂ ਦਾ ਰੋ ਰੋ ਬੁਰਾ ਹਾਲ ਹੈ, ਰੱਬ ਅੱਗੇ ਝੋਲੀਆਂ ਅੱਡ ਰਹੀ ਹੈ। ਮੁੰਡੇ ਦਾ ਵਿਛੋੜਾ ਜਿਹੜਾ ਮਾਂ ਨੂੰ ਨਹੀਂ ਚੱਲਿਆ ਜਾ ਰਿਹਾ ਮਾਂ ਦੇ ਕੋਲੋਂ। ਤਾਂ ਦੱਸ ਦਈਏ ਕਿ ਜਲੰਧਰ ਦੇ ਭੋਗਪੁਰ ਨੇੜੇ ਪਿੰਡ ਪਟਨੂਰਾ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ, ਜੋ ਕਿ ਕਰੀਬ 2009 ਦੇ ਵਿੱਚ ਅਮਰੀਕਾ ਗਿਆ ਸੀ, 14 ਸਾਲ ਪਹਿਲਾਂ ਘਰ ਦੇ ਹਾਲਾਤ ਸੁਧਾਰਨ ਦੇ ਲਈ ਸੁਖਵਿੰਦਰ ਸਿੰਘ ਸੋਨੂੰ ਅਮਰੀਕਾ ਗਿਆ ਸੀ। ਉੱਥੇ ਹੱਡ ਤੋੜ ਮਿਹਨਤ ਕਰਦਾ ਸੀ, ਘਰ ਬਣਾ ਲਿਆ, ਪਿੰਡ ਦੇ ਵਿੱਚ ਕੋਠੀ ਖੜੀ ਕਰ ਲਈ, ਵੱਡੀਆਂ ਕਾਰਾਂ ਖਰੀਦ ਲਈਆਂ ਤੇ ਆਪਣੀ ਜ਼ਿੰਦਗੀ ਅੱਛੀ ਕਰ ਲਈ। ਪਰ ਅੱਜ ਜਦੋਂ ਘਰੋਂ ਬਾਹਰ ਨਿਕਲਿਆ ਤੇ ਉਸਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ, ਤਾਂ ਵਿਦੇਸ਼ ਤੋਂ ਅਮਰੀਕਾ ਤੋਂ ਪਰਿਵਾਰ ਨੂੰ ਫੋਨ ਆਉਂਦਾ ਹੈ। ਇਸ ਕਾਲ ਦੇ ਆਉਣ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਦੇ ਵਿੱਚ ਚਲਾ ਜਾਂਦਾ ਹੈ, ਮਾਤਮ ਦਾ ਮਾਹੌਲ ਛਾ ਜਾਂਦਾ ਹੈ ਘਰ ਦੇ ਵਿੱਚ। ਤਾਂ ਪਰਿਵਾਰ ਦਾ, ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪੁੱਤਰ ਦੇ ਸੰਸਕਾਰ ਵਾਸਤੇ ਵਿਦੇਸ਼ ਜਾਣਾ ਚਾਹੁੰਦੀ ਹੈ ਮਾਂ, ਆਖਰੀ ਵਾਰ ਆਪਣੇ ਪੁੱਤਰ ਦਾ ਚਿਹਰਾ ਦੇਖਣਾ ਚਾਹੁੰਦੀ ਹੈ ਮਾਂ। ਤਾਂ ਮੰਦਭਾਗੀ ਖਬਰ ਹੈ। ਜ਼ਿਲ੍ਹਾ ਜਲੰਧਰ ਦੇ ਭੋਗਪੁਰ ਨੇੜੇ ਪਿੰਡ ਪਟਨੂਰਾ ਦਾ ਰਹਿਣ ਵਾਲਾ ਇੱਕ ਨੌਜਵਾਨ ਸੁਖਵਿੰਦਰ ਸਿੰਘ, ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀ ਤੇ ਉਸਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਮੇਰਾ ਗੁਰਪ੍ਰੀਤ ਸਿੰਘ ਨਾਮ ਤੇ ਘਟਨਾ ਦੇਖੋ ਇਸ ਤਰ੍ਹਾਂ ਹੋਈ। ਸਾਡਾ ਲੜਕਾ ਸੁਖਵਿੰਦਰ ਸਿੰਘ, ਜੋ ਕਿ ਅਮਰੀਕਾ 2009 ਵਿੱਚ ਗਏ, 2009 ਵਿੱਚ ਗਿਆ ਸੀਗਾ ਇੱਥੋਂ ਇੰਡੀਆ ਤੋਂ, ਅਤੇ ਤਕਰੀਬਨ ਕੱਲ੍ਹ ਦੀ ਇਹਨਾਂ ਨੂੰ ਮਾਤਾ ਪਿਤਾ ਨੂੰ ਆਈ ਖਬਰ। 3-4 ਦਿਨ ਹੋ ਗਏ ਫੋਨ ਨਹੀਂ ਉਹਨੇ ਚੁੱਕਿਆ, ਕਾਲ ਕਰਦੇ ਰਹੇ ਆ, ਅਤੇ ਕੱਲ੍ਹ ਇਹਨਾਂ ਨੂੰ 9 ਵਜੇ ਇਹਨਾਂ ਦਾ ਬਾਹਰ ਜਵਾਈ ਸੀਗਾ, ਉਹਨਾਂ ਦੀ ਕਾਲ ਆਈ ਆ ਵੀ ਇਤਰਾ ਇਤਰਾ ਲੜਕੇ ਦੀ ਐਕਸੀਡੈਂਟ ਹੋ ਗਿਆ ਵਾ, ਕੋਈ ਰਸਤੇ 'ਚ ਜਾਂਦੇ ਕੋਈ ਟਰੱਕ ਵਾਲਾ ਕੋਈ ਜਾਂ ਕੋਈ ਪਤਾ ਨਹੀਂ, ਸ਼ੋਰ ਨਹੀਂ ਹੈਗਾ, ਕੋਈ ਫੈਂਟ ਮਾਰ ਗਿਆ ਵਾ। ਅਤੇ ਮੌਕੇ ਦੇ ਉੱਤੇ ਫਿਰ ਬਾਅਦ ਵਿੱਚ ਥੋੜ੍ਹੇ ਪੁਲਿਸ ਡਿਪਾਰਟਮੈਂਟ ਨੇ ਆਪਣੇ ਕਬਜ਼ੇ ਵਿੱਚ ਲਈ ਆ ਮੁੰਡੇ ਦੀ ਡੈੱਡ ਬੋਡੀ, ਅਤੇ ਉਹਨੇ ਫੋਨ ਕੀਤਾ ਵਾ ਇਹਨਾਂ ਦੇ ਜਵਾਈ ਨੇ ਵੀ ਇਤਰਾ ਇਤਰਾ ਲੜਕਾ ਹੋ ਗਿਆ ਵਾ, ਡੈੱਥ ਹੋ ਚੁੱਕੀ ਉਹਦੀ। ਮੰਗ ਸਾਡੀ ਦੇਖੋ ਜੀ ਇਹੀ ਹੈ ਵੀ ਸਾਡੀ ਪ੍ਰਸ਼ਾਸਨ ਤੋਂ ਮੰਗ ਵਾ ਕਿ ਚਾਹੇ ਤਾਂ ਇਹਨਾਂ ਦੇ ਮਾਤਾ ਪਿਤਾ ਨੂੰ ਵੀਜ਼ਾ ਦਿੱਤਾ ਜਾਵੇ ਉੱਧਰ, ਉਹਦਾ ਅੰਤਿਮ ਸੰਸਕਾਰ ਜੋ ਉੱਥੇ ਕੀਤਾ ਜਾ ਸਕੇ, ਅਤੇ ਜੇ ਨਹੀਂ ਤਾਂ ਫਿਰ ਉਹ ਦੂਸਰਾ ਉਹਦੀ ਡੈੱਡ ਬੋਡੀ ਜਿਹੜੀ ਆਪਣੀ ਇੱਥੇ ਸਾਨੂੰ ਇੰਡੀਆ ਭੇਜੀ ਜਾਵੇ, ਇਹੀ ਆਪਾਂ ਮੰਗ ਕਰਦੇ ਹਾਂ। ਮੁੰਡੇ ਦਾ ਸੁਖਵਿੰਦਰ ਸਿੰਘ ਨਾਮ ਸੀਗਾ, ਸੋਨੂੰ ਕਹਿੰਦੇ ਹੁੰਦੇ ਇੱਥੇ ਪਿੰਡ ਵਿੱਚ ਸੋਨੂੰ। ਅਤੇ ਬਾਕੀ ਹੁਣ ਅਸੀਂ ਤਾਂ ਇਹੀ ਕਰਦੇ ਹਾਂ ਵੀ ਜੇ ਬਾਹਰ ਕੋਈ ਮਦਦ ਕਰ ਸਕਦੀ ਹੈ, ਕੋਈ ਜਿੱਦਾਂ ਵੈਲਫੇਅਰ ਕੋਈ ਸੁਸਾਇਟੀ ਬਣੀ ਹੁੰਦੀ ਆ, ਜੇ ਉਹ ਲੜਕੇ ਥੋੜ੍ਹੇ ਬਹੁਤੇ ਕਰ ਸਕਦੇ ਮਦਦ ਤਾਂ ਥੋੜ੍ਹੀ ਬਹੁਤੀ ਪ੍ਰਸ਼ਾਸਨ ਨਾਲ, ਬਾਹਰ ਦੀ ਨਾਲ, ਡਿਪਾਰਟਮੈਂਟ ਨਾਲ ਮੇਲ ਜੋਲ ਕਰਕੇ, ਅਤੇ ਜੇ ਡੈੱਡ ਬੋਡੀ ਇੱਥੇ ਭੇਜੀ ਜਾ ਸਕੇ ਤਾਂ ਉਹ ਸਭ ਤੋਂ ਵਧੀਆ ਵਾ। ਮਾਤਾ ਪਿਤਾ ਵੀ ਅੰਤਿਮ ਦਰਸ਼ਨ ਮੁੰਡੇ ਦੇ ਬੱਚੇ ਦੇ 14 ਸਾਲ ਹੋ ਗਏ ਬਾਹਰ ਗਏ ਨੂੰ, ਉਹਦੇ ਕਰ ਲੈਣ, ਅਤੇ ਘਰ ਦੇ ਹਾਲਾਤ ਵੀ ਇਸ ਤਰ੍ਹਾਂ ਹੀ ਆ ਥੋੜ੍ਹੇ ਜਿਹੇ। ਤਿੰਨੇ ਬੱਚੇ, ਉਹ ਵੱਡਾ ਸਾਰਿਆਂ ਤੋਂ ਲੜਕਾ ਸੀਗਾ, ਉਹ ਬੋਲਦਾ ਹੀ, ਬਾਕੀ ਉਹਦਾ ਇੱਕ ਛੋਟਾ ਭਰਾ, ਇੱਕ ਛੋਟੀ ਸਿਸਟਰ ਆ, ਅਤੇ ਉਹ ਵੀ ਇਸ ਤਰ੍ਹਾਂ ਹੀ ਬੋਲਦੇ ਹੈ ਨਹੀਂ ਗੇ, ਜਮਾਂਦਰੂ ਗੂੰਗੇ ਆ, ਅਤੇ ਨੌਂਹ ਵੀ ਉਹਨਾਂ ਦੀ ਇਸ ਤਰ੍ਹਾਂ ਹੀ ਬੋਲਦੀ ਨਹੀਂ।